ਸਿੱਖਿਆ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਲਗਾਤਾਰ ਟੀਚਰਾਂ ਵੱਲੋਂ ਘਿਰਾਓ ਕੀਤਾ ਜਾ ਰਿਹਾ ਤੇ ਅਜੇ ਵੀ ਪੂਰਾ ਰੇੜਕਾ ਇਸ ਮਸਲੇ ਤੇ ਬਣਿਆ ਹੋਇਆ। ਵੇਖੋ ਰਿਪੋਰਟ। 1 ਜਨਵਰੀ ਤੋਂ ਹੀ ਯਾਨੀ ਸਾਲ ਦੇ ਆਗਾਜ਼ ਨਾਲ ਹੀ ਵੱਖ ਵੱਖ ਜਥੇਬੰਦੀਆਂ ਨੇ ਸਰਕਾਰ ਖਿਲਾਫ਼ ਸੜਕਾਂ ਮੰਨ ਲਈਆਂ ਸਨ ਤੇ ਉਹ ਸੜਕਾਂ ਅਜੇ ਵੀ ਖਾਲੀ ਨਹੀਂ ਹੋਈਆਂ। ਹਰ ਰੋਜ਼ ਸਰਕਾਰ ਖਿਲਾਫ਼ ਕੋਈ ਨਾ ਕੋਈ ਜਥੇਬੰਦੀ ਸੜਕਾਂ ਤੇ ਉਤਰ ਹੀ ਜਾਂਦੀ ਹੈ। ਇਸੇ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਅਧਿਆਪਕ ਵੀ ਸਰਕਾਰ ਖਿਲਾਫ਼ ਮੁਜ਼ਾਹਰਾ ਕਰ ਰਹੇ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਕਿਤਾਬਾਂ ਨੂੰ ਛੱਡ ਬੈਨਰ ਫੜਨ ਲਈ ਮਜਬੂਰ ਹੋ ਗਏ ਨੇ। ਪੰਜਾਬ ਸਰਕਾਰ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਅਧਿਆਪਕਾਂ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵੀ ਐਕਸ਼ਨ ਲਿਆ ਗਿਆ ਅਤੇ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ, ਜਿਸ ਦੇ ਵਿਰੋਧ ਵਜੋਂ ਸੰਗਰੂਰ 'ਚ ਅਧਿਆਪਕਾਂ ਨੇ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਦਫ਼ਤਰ ਦੇ ਬਾਹਰ ਤਾਲਾ ਜੜ ਦਿੱਤਾ। ਪੰਜਾਬ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਨੇ ਇੰਨਾ ਜ਼ਿਆਦਾ ਮਾਹੌਲ ਖਰਾਬ ਕੀਤਾ ਹੋਇਆ, ਸਕੂਲਾਂ ਨੂੰ ਪੁਲਿਸ ਸਟੇਸ਼ਨ ਬਣਾਏ ਹੋਏ ਹੈ। ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹ ਜਿਹੜੇ ਅਧਿਕਾਰੀ ਜਾਂਦੇ ਹੈ ਪੁਲਿਸ ਨੂੰ ਨਾਲ ਲੈ ਕੇ ਛੋਟੇ ਬੱਚਿਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਉੱਥੇ ਟੈਸਟਿੰਗ ਕਰਨ ਜਾਂਦੇ ਹੈ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਅਧਿਆਪਕਾਂ ਤੋਂ ਬਿਨਾਂ ਤੁਸੀਂ ਕਿਸੇ ਕੱਖ ਦੇ ਨਹੀਂ ਹੈਗੇ। ਜਦੋਂ ਅਧਿਆਪਕ ਵਿਰੋਧੀ ਸਰਕਾਰ ਜਿਹੜੀ ਅਧਿਆਪਕ ਵਿਰੋਧੀ ਸਰਕਾਰ ਬਣ ਜੇ ਤਾਂ ਉਹਦਾ ਕੋਈ ਹੱਲ ਨਹੀਂ ਹੁੰਦਾ। ਅਸੀਂ ਜੀ ਇਹ ਵਿਸ਼ਾ ਇਹੀ ਹੈ ਜੀ, ਸਾਡਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਬਾਈਕਾਟ ਹੈ, ਜਿਸ ਦੇ ਤਹਿਤ ਇਹ ਸਕੂਲਾਂ 'ਚ ਆ ਕੇ ਬੱਚਿਆਂ ਦੀ ਟੈਸਟਿੰਗ ਲੈ ਰਹੇ ਨੇ। ਅਸੀਂ ਉਹਦਾ ਪੂਰਨ ਬਾਈਕਾਟ ਕੀਤਾ ਹੋਇਆ, ਲਾਮ ਲਸ਼ਕਰ ਲੈ ਕੇ ਜੀ ਸਕੂਲਾਂ 'ਚ ਵੜ ਜਾਂਦੇ ਆ। ਬੱਚੇ ਇੰਨਾ ਡਰਦੇ ਨੇ, ਸਾਡਾ ਤਾਂ ਸਗੋਂ ਕੰਮ ਵੱਧ ਗਿਆ। ਅਸੀਂ ਘਰਾਂ 'ਚੋਂ ਬੱਚੇ ਰਜਾਈਆਂ 'ਚੋਂ ਖਿੱਚ ਖਿੱਚ ਕੇ ਮਾਂ ਪਿਓ ਦੀ ਬੁੱਕਲ 'ਚੋਂ ਖਿੱਚ ਕੇ ਉਹਨਾਂ ਨੂੰ ਸਮਝਾ ਕੇ ਲੈ ਕੇ ਆਉਂਦੇ ਹਾਂ ਵੀ ਬੱਚਾ ਡਰੋ ਨਾ, ਜਿੰਨਾ ਚਿਰ ਅਸੀਂ ਹਾਂ ਕੋਈ ਨਹੀਂ ਤੁਹਾਡਾ ਕੁਛ ਵਿਗਾੜ ਸਕਦਾ। ਜਿਹੜਾ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਹੈ ਉਹਦੇ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਬਾਈਕਾਟ ਕੀਤਾ ਗਿਆ, ਕਿਉਂਕਿ ਉਹ ਪ੍ਰੋਜੈਕਟ ਸਿੱਖਿਆ ਦੀਆਂ ਮੂਲ ਭਾਵਨਾਵਾਂ ਦੇ ਵਿਰੋਧੀ ਹੈ। ਉਹਦੇ ਬਾਈਕਾਟ ਦੇ ਮੱਦੇਨਜ਼ਰ ਜਿਹੜੇ ਸਾਡੇ ਅਧਿਕਾਰੀ ਨੇ ਉਹ ਸਾਡੇ 'ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਤਸ਼ੱਦਦ ਢਾ ਰਹੇ ਨੇ, ਸਾਡੇ ਅਧਿਆਪਕਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ। ਹਾਲਾਂਕਿ ਸਾਡੇ ਅਧਿਆਪਕ ਜਿਹੜਾ ਪਾਠਕ੍ਰਮ ਦਿੱਤਾ ਗਿਆ ਉਹਨੂੰ ਬਾਖੂਬੀ ਲਾਗੂ ਕਰਕੇ ਤਨਦੇਹੀ ਦੇ ਨਾਲ ਪੜ੍ਹਾਈ ਕਰਵਾ ਰਹੇ ਨੇ, ਪਰੰਤੂ ਇਸ ਸਿੱਖਿਆ ਸਕੱਤਰ ਦੇ ਇਸ਼ਾਰੇ 'ਤੇ ਜਿਹੜੇ ਨੋਟਿਸ ਕੱਢੇ ਜਾ ਰਹੇ ਨੇ, ਪੁਲਿਸ ਹੈ ਜਿਹੜੀ ਉਹ ਸਕੂਲਾਂ ਦੇ ਵਿੱਚ ਭੇਜੀ ਜਾ ਰਹੀ ਹੈ। ਸਕੂਲਾਂ ਦਾ ਅਧਿਆਪਕਾਂ ਦਾ ਜਿਹੜਾ ਜਮਹੂਰੀ ਹੱਕ ਛੁੱਟੀਆਂ ਲੈਣ ਦਾ ਜੋ ਛੁੱਟੀਆਂ ਵਿਭਾਗ ਵੱਲੋਂ ਨਿਰਧਾਰਿਤ ਨੇ ਉਹਨਾਂ ਨੂੰ ਖੋਹਿਆ ਜਾ ਰਿਹਾ ਅਤੇ ਸਿਰਫ ਤੇ ਸਿਰਫ ਇਸ ਕ੍ਰਿਸ਼ਨ ਕੁਮਾਰ ਦੁਆਰਾ ਧੱਕੇਸ਼ਾਹੀ ਕਰਕੇ ਉਹ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ 'ਤੇ ਤੁਲਿਆ ਹੋਇਆ। ਉਧਰ ਸਰਕਾਰ ਖਿਲਾਫ਼ ਮੁਜ਼ਾਹਰਾ ਸੀ ਤਾਂ ਸਿਆਸਤਦਾਨਾਂ ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਨ ਦਾ ਮੌਕਾ ਨਹੀਂ ਛੱਡਿਆ ਅਤੇ ਅਧਿਆਪਕਾਂ ਦੇ ਸਮਰਥਨ ਕਰਨ ਲਈ ਮੁਜ਼ਾਹਰੇ ਵਾਲੀ ਥਾਂ 'ਤੇ ਪਹੁੰਚ ਗਏ। ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਨੇ ਸਰਕਾਰ 'ਤੇ ਵਾਰ ਕੀਤੇ, ਉੱਥੇ ਹੀ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ। ਵੀ ਉਹ ਦਬਾਉਣ ਦੀ ਅਤੇ ਡਰਾਉਣ ਦੀ ਜਿਹੜੀ ਨੀਤੀ ਸਰਕਾਰ ਚੱਲੀ ਹੋਈ ਹੈ ਅਤੇ ਨੋਟਿਸ ਸਾਰੇ ਇਹਨਾਂ ਨੂੰ ਕੱਢ ਦਿੱਤੇ ਗਏ ਨੇ ਵੀ ਤੁਸੀਂ ਆਪਦੀ ਇਹ ਜਿਹੜੀਆਂ ਕਾਰਵਾਈਆਂ ਨੇ। ਸੋ ਮੈਂ ਸਰਕਾਰ ਪੰਜਾਬ ਸਰਕਾਰ ਨੂੰ ਜਿਹੜੀ ਇਸ ਜੋ ਫੈਸਲੇ ਨੇ ਉਹਨਾਂ ਦੇ ਉਹਨਾਂ ਦੀ ਪੁਰਜ਼ੋਰ ਨਿੰਦਾ ਕਰਦਾ ਅਤੇ ਮੈਂ ਇਹ ਉਹਨਾਂ ਨੂੰ ਬੇਨਤੀ ਵੀ ਕਰਦਾ ਵੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਜੇ ਇੱਕ ਇਹਨਾਂ ਦੀ ਡਿਮਾਂਡ ਸਿਰਫ ਇਹੀ ਹੈ ਵੀ ਇੱਕ ਸਕੱਤਰ ਦੇ ਪਿੱਛੇ ਸਾਰੇ ਸੂਬੇ ਨੂੰ ਤੁਸੀਂ ਜਿਹੜਾ ਹੈ ਟੰਗਣਾ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਸਰਕਾਰ ਅਸੀਂ ਇਹਨਾਂ ਦੇ ਨਾਲ ਹਾਂ, ਪਹਿਲਾਂ ਵੀ ਨਾਲ ਸੀ ਇਹਨਾਂ। ਜਿਹੜਾ 28 ਤਰੀਕ ਨੂੰ ਸੀ ਐਮ ਸਾਹਿਬ ਨਾਲ ਮੀਟਿੰਗ ਤੈਅ ਹੋਈ ਸੀ
ਪਹਿਲੀ ਗੱਲ ਤਾਂ ਉਸ ਦਿਨ ਸੀਐਮ ਸਾਹਿਬ ਮੀਟਿੰਗ ਤੈਅ ਕਰਕੇ ਮੁੱਕਰ ਕੇ ਜਿੱਥੋਂ ਇਹ ਗੱਲ ਵਧੀ ਹੈ ਉਹ ਤੋਂ ਬਾਅਦ ਲਾਠੀਚਾਰਜ ਤੱਕ ਨੌਬਤ ਆਉਂਦੀ। ਜੇ ਉਸੇ ਦਿਨ ਹੀ ਮਿਲ ਲੈਂਦੇ ਉਹਨਾਂ ਦੇ ਕੋਈ ਰੀਪ੍ਰਜੈਂਟੇਟਿਵ ਮਿਲ ਲੈਂਦੇ ਤਾਂ ਸ਼ਾਇਦ ਇੱਥੇ ਤੱਕ ਗੱਲ ਨਾ ਜਾਂਦੀ। ਸੋ ਹੁਣ ਫਿਰ ਇਹਨਾਂ ਨੇ ਡੀਸੀ ਸਾਹਿਬ ਦੀ ਕੋਠੀ ਅੱਗੇ ਧਰਨਾ ਦਿੱਤਾ ਕਿ ਨੋਟਿਸ ਆਉਣ ਲੱਗ ਗਏ, ਪੁਲਿਸ ਜਾਂਦੀ ਹੈ। ਅਸੀਂ ਤਾਂ ਸਰਕਾਰੀ ਸਕੂਲਾਂ 'ਚ ਕਦੇ ਪੁਲਿਸ ਸੁਣੀ ਨਹੀਂ ਸੀ। ਸੋ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਸੀ, ਇਹ ਵਿੱਦਿਆ ਵਿਚਾਰੀ ਥਾਣੇਦਾਰੀ ਦੇ ਨਾਲ ਕਦੋਂ ਮੇਲਤੀ ਮੈਨੂੰ ਸਮਝ ਨਹੀਂ ਆਈ। ਸੋ ਜੋ ਵੀ ਇਹ ਜਿਹੜਾ ਤਾਨਾਸ਼ਾਹੀ ਰਵੱਈਆ, ਚਾਹੇ ਅਫਸਰਾਂ ਦਾ ਹੋ ਚਾਹੇ ਉਹ ਉਹਨਾਂ ਦੇ ਮਿਨਿਸਟਰਾਂ ਦਾ, ਇਹ ਬੰਦ ਹੋਣਾ ਚਾਹੀਦਾ। ਮੰਗਾਂ ਦੇ ਮੱਦੇਨਜ਼ਰ ਜਿੱਥੇ ਪ੍ਰਦਰਸ਼ਨ ਜਾਰੀ ਹੈ ਉੱਥੇ ਹੀ ਸਿਆਸਤ ਵੀ ਪੂਰੀ ਹੈ। ਸਰਕਾਰ ਦੋਵੇਂ ਪਾਸੇ ਤੋਂ ਆ ਰਹੇ ਇਹਨਾਂ ਨਿਸ਼ਾਨਿਆਂ ਦਾ ਸਾਹਮਣਾ ਕਿਸ ਤਰ੍ਹਾਂ ਕਰਦੀ ਹੈ ਇਸ 'ਤੇ ਵੀ ਸਾਡੀ ਨਜ਼ਰ ਬਣੀ ਹੋਈ ਹੈ। ਸੰਗਰੂਰ ਤੋਂ ਕਰਨਵੀਰ ਜੋਸ਼ੀ ਦੇ ਨਾਲ ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।